ਪਦਮ ਸ਼੍ਰੀ ਮੀਨਾਕਸ਼ੀ ਜਦੋਂ ਛੋਟੀ ਸੀ ਤਾਂ ਪੜ੍ਹਾਈ ਦੇ ਮੁਕਾਬਲੇ ਨੱਚਣ ਦੀ ਵਧੇਰੀ ਸ਼ੌਕੀਨ ਸੀ। ਉਹਨਾਂ ਦੇ ਲਚੀਲੇਪਨ ਨੂੰ ਵੇਖਦੇ ਹੋਏ ਡਾਂਸ ਮਾਸਟਰ ਨੇ ਛੋਟੀ ਜਿਹੀ ਮੀਨਾਕਸ਼ੀ ਨੂੰ ਕੁਲਾਰੀ ਪਿਆਟੂ ਵਿੱਚ ਸਿਖਲਾਈ ਲੈਣ ਦੀ ਸਲਾਹ ਦਿੱਤੀ। ਇਹ ਇੱਕ ਨਵਾਂ ਮੋੜ ਸੀ, ਨਾ ਸਿਰਫ 7 ਸਾਲਾ ਲੜਕੀ ਲਈ ਸਗੋਂ ਕੁਲਾਰੀ ਪਿਆਟੂ ਲਈ ਵੀ, ਜੋ ਕੇਰਲ ਦਾ ਸਦੀਆਂ ਪੁਰਾਣਾ ਮਾਰਸ਼ਲ ਆਰਟ ਹੈ। ਇਹ ਭਾਰਤ ਦੇ ਨਾਲ ਵਿਦੇਸ਼ਾਂ ਵਿੱਚ ਵੀ ਪ੍ਰਸਿੱਧ ਹੈ। ਮਾਪਦੰਡਾਂ ਮੁਤਾਬਿਕ ਲੜਕੀਆਂ ਨੂੰ 13 ਸਾਲ ਦੀ ਉਮਰ ਮਗਰੋਂ ਹੀ ਕੁਲਾਰੀ ਪਿਆਟੂ ਵਿੱਚ ਸਿਖਲਾਈ ਦਿੱਤੀ ਜਾਂਦੀ ਸੀ। ਮੀਨਾਕਸ਼ੀ ਦਾ ਜਨਮ ਉੱਤਰੀ ਕੇਰਲ ਵਿੱਚ ਬਹਾਦਰ ਯੋਧਿਆਂ ਦੀ ਧਰਤੀ 'ਤੇ ਹੋਇਆ। 13 ਸਾਲਾਂ ਦੀ ਹੋਣ ਮਗਰੋਂ ਹੀ ਉਹ ਕੁਲਾਰੀ ਪਿਆਟੂ ਦਾ ਅਭਿਆਸ ਜਾਰੀ ਰੱਖਣ ਲਈ ਦ੍ਰਿੜ ਸੀ। ਇਹ ਯਾਤਰਾ ਪਿਛਲੇ 70 ਸਾਲਾਂ ਤੋਂ ਨਿਰੰਤਰ ਜਾਰੀ ਹੈ। ਗੁਰੂਕਲ ਮੀਨਾਕਸ਼ੀ ਅੰਮਾ ਸਾੜੀ ਬੰਨੇ ਹੋਏ ਆਪਣੀ ਅਰੋਮੀ ਕਲਾ ਤੋਂ ਲਵਾਉਂਦੀ ਅਤੇ ਲੱਕੜੀ ਦੇ ਬੈਂਤ ਨਾਲ ਲੈਸ ਕਿਸੇ ਨੌਜਵਾਨ ਨਾਲ ਲੜਨ ਲਈ ਪੂਰੀ ਤਰ੍ਹਾਂ ਫਿੱਟ ਹੈ। ਉਹਨਾਂ ਦਾ ਫੁੱਟਵਰਕ ਸ਼ਾਨਦਾਰ ਹੈ। 79 ਸਾਲ ਦੀ ਗੁਰੂਕਲ ਮੀਨਾਕਸ਼ੀ ਅੰਮਾ ਦੀ ਕਲਾਰੀ ਛੱਡਣ ਦੀ ਕੋਈ ਯੋਜਨਾ ਨਹੀਂ ਹੈ। ਮੀਨਾਕਸ਼ੀ ਆਪਣੇ ਜਮਾਤੀਆਂ ਨੂੰ ਕਲਾਰੀ ਦੀਆਂ ਹੋਰ ਵਿਦਿਆਵਾਂ ਮਾਈਪਾਈਟੂ, ਅੰਗਾਥਾਰੀ ਅਤੇ ਵਰੁਮਕਾਈ ਵਿੱਚ ਪਿੱਛੇ ਛੱਡ ਦਿੰਦੇ ਸੀ। ਲੜਾਈ ਦੌਰਾਨ ਉਹ ਕਾਠੀ, ਉਰੂਮੀ ਅਤੇ ਤਲਵਾਰ ਵਰਗੇ ਹਥਿਆਰਾਂ ਦੀ ਕੁਸ਼ਲਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੈ। 10ਵੀਂ ਜਮਾਤ ਤੋਂ ਬਾਅਦ ਸਕੂਲ ਛੱਡਣ ਵਾਲੀ ਮੀਨਾਕਸ਼ੀ ਨੇ ਆਪਣੇ ਗੁਰੂ ਰਾਘਵਨ ਨਾਲ ਵਿਆਹ ਕਰਵਾਇਆ ਸੀ, ਜੋ ਕਿ ਪ੍ਰਸਿੱਧ ਕਲਾਰੀ ਅਧਿਆਪਕ ਸਨ। ਉਸ ਤੋਂ ਬਾਅਦ ਕਲਾਰੀ ਹੀ ਉਹਨਾਂ ਦੀ ਜ਼ਿੰਦਗੀ ਬਣ ਗਈ। ਕਲਾਰੀ ਪਿਆਟੂ ਜੋੜੀ ਰਾਘਵਨ ਅਤੇ ਮੀਨਾਕਸ਼ੀ ਕਦਥਾਂਡੂ ਵਿੱਚ ਮੰਦਰਾਂ, ਤਿਉਹਾਰਾਂ ਵਿੱਚ ਇਕੱਠੇ ਪ੍ਰਦਰਸ਼ਨ ਕਰਦੇ ਸਨ। ਇਹਨਾਂ ਪ੍ਰਦਰਸ਼ਨਾਂ ਦੇ ਜ਼ਰੀਏ ਹੀ ਇਹ ਜੋੜਾ ਕਲਾਰੀ ਪਿਆਟੂ ਜੋੜੇ ਵਜੋਂ ਜਾਣਿਆ ਜਾਂਦਾ ਹੈ। ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਮੀਨਾਕਸ਼ੀ ਅੰਮਾ ਨੂੰ ਆਪਣੀ ਕਲਾਰੀ ਦੀ ਜ਼ਿੰਮੇਵਾਰੀ ਲੈਣੀ ਪਈ। ਪਤੀ ਦੀ ਮੌਤ ਦੇ 41ਵੇਂ ਦਿਨ ਮੀਨਾਕਸ਼ੀ ਅੰਮਾ ਆਪਣੇ ਬੱਚਿਆਂ ਅਤੇ ਵਿਦਿਆਰਥੀਆਂ ਦੁਆਰਾ ਤੈਅ ਸਟੇਜ 'ਤੇ ਪ੍ਰਦਰਸ਼ਨ ਕਰਨ ਪਹੁੰਚੀ। ਉਸ ਸਮੇਂ ਤੋਂ ਉਹ ਇੱਕ ਸੱਚੇ ਯੋਧੇ ਵਾਂਗ ਅੱਗੇ ਵੱਧ ਰਹੀ ਹੈ ਅਤੇ ਆਪਣੀ ਉਮਰ ਦੇ ਨਾਲ ਵੀ ਲੜ ਰਹੀ ਹੈ। ਕੋਰੋਨਾ ਕਾਲ ਦੌਰਾਨ ਵੀ ਮੈਂ ਨਿਯਮਿਤ ਤੌਰ ਤੇ ਕਲਾਰੀ ਦਾ ਅਭਿਆਸ ਕਰਦੀ ਰਹੀ ਹਾਂ। ਮੈਂ 7 ਸਾਲ ਦੀ ਉਮਰ ਤੋਂ ਹੀ ਕਲਾਰੀ ਸਿੱਖਣੀ ਸ਼ੁਰੂ ਕਰ ਦਿੱਤੀ ਸੀ। ਸ਼ੁਰੂ ਵਿੱਚ ਮੈਨੂੰ ਨੱਚਣ ਦਾ ਬਹੁਤ ਸ਼ੌਕ ਸੀ। ਮੈਂ 10ਵੀਂ ਤੋਂ ਬਾਅਦ ਸਕੂਲ ਜਾਣਾ ਬੰਦ ਕਰ ਦਿੱਤਾ। ਵਿਆਹ ਤੋਂ ਬਾਅਦ ਵੀ ਮੈਂ ਆਪਣੇ ਪਤੀ ਨਾਲ ਕਲਾਰੀ ਦਾ ਅਭਿਆਸ ਕਰਦੀ ਰਹੀ। ਉਸ ਸਮੇਂ ਤੋਂ ਕਲਾਰੀ ਮੇਰੀ ਜ਼ਿੰਦਗੀ ਦਾ ਮਕਸਦ ਬਣ ਗਿਆ। ਮੇਰੇ ਪਤੀ ਬੇਹੱਦ ਸਪੋਰਟਿਵ ਸਨ। ਉਹਨਾਂ ਦੀ ਮੌਤ ਤੋਂ ਬਾਅਦ ਮੈਂ ਕਲਾਰੀ ਦਾ ਕਾਰਜਕਾਲ ਸੰਭਾਲ ਲਿਆ ਅਤੇ ਵਧੇਰੇ ਕਿਰਿਆਸ਼ੀਲ ਹੋ ਗਈ। ਮੇਰੇ ਬੱਚੇ ਅਤੇ ਵਿਦਿਆਰਥੀ ਹੀ ਮੇਰੀ ਤਾਕਤ ਹਨ। ਸਾਨੂੰ ਕਲਾਰੀ ਸ਼ੁਰੂ ਕਰਦਿਆਂ 60 ਸਾਲਾਂ ਤੋਂ ਵੱਧ ਦਾ ਸਮਾਂ ਹੋ ਗਿਆ। ਬਹੁਤ ਸਾਰੇ ਵਿਦਿਆਰਥੀ ਇੱਥੇ ਮੁਫ਼ਤ ਸਿਖਲਾਈ ਲੈ ਰਹੇ ਹਨ। ਮੀਨਾਕਸ਼ੀ ਅੰਮਾ ਨੂੰ ਕੁਲਾਰੀ ਵਿੱਚ ਮੁਹਰਤ ਅਤੇ ਸਰਵੋਤਮਤਾ ਲਈ ਦੇਸ਼ ਦੇ 4th ਸਰਵੋੱਚ ਨਾਗਰਿਕ ਸਨਮਾਨ ਪਦਮ ਸ਼੍ਰੀ ਨਾਲ ਨਵਾਜ਼ਿਆ ਗਿਆ ਹੈ। ਮੈਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਹੋਣ ਦੀ ਉਮੀਦ ਨਹੀਂ ਸੀ। ਇਹ ਉਹਨਾਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਨਤੀਜਾ ਹੈ ਜੋ ਮੇਰੇ ਪਤੀ ਨੇ ਕੀਤੀਆਂ ਹਨ। ਹੁਣ ਇਹ ਬੱਚੇ ਅਤੇ ਵਿਦਿਆਰਥੀ ਮੇਰੀ ਤਾਕਤ ਹਨ। ਉਰੂਮੀ ਵਿਖੇ ਆਪਣੇ ਹੁਨਰ ਨਾਲ ਕੇਰਲ ਦੇ ਕੋਜ਼ੀਕੋਡ ਜ਼ਿਲ੍ਹੇ ਦੇ ਵਡਕਾਰਾ ਵਿੱਚ ਕਦਥਨੱਟੂ ਕੁਲਾਰੀ ਸੰਗਮ ਵਿਖੇ ਤਲਵਾਰ ਅਤੇ ਢਾਲ ਨਾਲ ਗੁਰੂਕਲ ਮੀਨਾਕਸ਼ੀ ਅੰਮਾ ਲੋਕਾਂ ਨੂੰ ਹੈਰਾਨ ਕਰਦੀ ਹੈ, ਜਿਸ ਕਾਰਨ ਸਥਾਨਕ ਲੋਕ ਉਹਨਾਂ ਨੂੰ ਸਮੂਰਾਈ ਅੰਮਾ ਦੇ ਨਾਂ ਨਾਲ ਬੁਲਾਉਂਦੇ ਹਨ। ਮੀਨਾਕਸ਼ੀ ਅੰਮਾ ਆਪਣੇ ਨਿਯਮਿਤ ਪਹਿਰਾਵੇ ਵਿੱਚ ਕੁਲਾਰੀ ਦਾ ਅਭਿਆਸ ਕਰਦੀ ਹੈ। ਮੀਨਾਕਸ਼ੀ ਗੁਰੂਕਲ ਦੀ ਅਗਵਾਈ ਹੇਠ ਭਾਰਤ ਦੇ ਨਾਲ ਵਿਦੇਸ਼ਾਂ ਵਿੱਚ ਵੀ ਕਈ ਕੁਲਾਰੀ ਪ੍ਰਦਰਸ਼ਨ ਅਤੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਮੀਨਾਕਸ਼ੀ ਅੰਮਾ ਨੇ ਕਿਹਾ ਕਿ ਕਲਾਰੀ ਜ਼ਿੰਦਗੀ ਜਿਉਣ ਦਾ ਇੱਕ ਬਿਹਤਰ ਢੰਗ ਹੈ ਜੋ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਣਾਏ ਰੱਖਦੀ ਹੈ। ਇੱਥੇ ਦਰਦ ਅਤੇ ਮੋਚਾਂ ਦਾ ਪ੍ਰਭਾਵਸ਼ਾਲੀ ਕਲਾਰੀ ਆਧਾਰਿਤ ਉਜੀਕਲ ਇਲਾਜ ਵੀ ਕੀਤਾ ਜਾਂਦਾ ਹੈ। ਉਹ ਕਹਿੰਦੀ ਹੈ ਕਿ ਸਾਰੀਆਂ ਲੜਕੀਆਂ ਨੂੰ ਕਲਾਰੀ ਸਿੱਖਣੀ ਚਾਹੀਦੀ ਅਤੇ ਅਭਿਆਸ ਕਰਨੀ ਚਾਹੀਦੀ ਹੈ। ਹਜ਼ਾਰਾਂ ਲੜਕੀਆਂ ਨੇ ਇੱਥੇ ਕਲਾਰੀ ਸਿੱਖੀ ਹੈ। ਮੀਨਾਕਸ਼ੀ ਅੰਮਾ ਨੇ 4 ਬੱਚੇ, ਜਿਨ੍ਹਾਂ ਵਿੱਚ ਉਹਨਾਂ ਦੀਆਂ 2 ਧੀਆਂ ਅਤੇ 2 ਪੁੱਤਰ ਸ਼ਾਮਿਲ ਹਨ, ਅਤੇ ਪੋਤੇ ਪੋਤੀਆਂ ਨੇ ਵੀ ਕਲਾਰੀ ਸਿੱਖੀ ਹੈ। ਉਹਨਾਂ ਦੇ ਬੇਟੇ ਦੂਜੇ ਸੈਂਟਰਾਂ ਵਿੱਚ ਚੱਲਣ ਵਾਲੀ ਕਲਾਸਾਂ ਦੀ ਅਗਵਾਈ ਕਰਦੇ ਹਨ। ਉਹ ਕਹਿੰਦੇ ਹਨ ਕਿ ਕਲਾਰੀ ਨੂੰ ਸਕੂਲ ਦੇ ਪਾਠਕ੍ਰਮ ਵਿੱਚ ਵੀ ਸ਼ਾਮਿਲ ਕਰਨਾ ਚਾਹੀਦਾ ਹੈ।
ਇੱਕ ਕਲਾਰੀ ਸਕੂਲ ਤਿਰੂਵਨੰਤਪੁਰਮ ਵਿੱਚ ਸ਼ੁਰੂ ਕਰਨ ਲਈ ਤਿਆਰ ਹੈ। ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਕਲਾਰੀ ਨੂੰ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਵੇ। ਮੈਂ ਮੰਤਰੀਆਂ ਅਤੇ ਹੋਰਾਂ ਨਾਲ ਵੀ ਮੁਲਾਕਾਤ ਕਰਾਂਗੀ ਅਤੇ ਇਹ ਮੰਗ ਕਰਾਂਗੀ। ਜੇ ਸਰਕਾਰ ਇਸ ਮੰਗ ਨੂੰ ਲਾਗੂ ਕਰਦੀ ਹੈ ਤਾਂ ਮੈਂ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕਰਾਂਗੀ। मीनाक्षी अम्मा का कहना है कि कलारी सीखना बच्चियां दे शरीरक ते मानसिक विकास विच मदद करेगा। जे सरकार अजी कोशिश शुरू कर दी है ता पद्मश्री मीनाक्षी अम्मा हर तरह नाल समर्थन करन लई तैयार है। To watch 24/7 News Live, download ETV Bharat app.